ਕੀ ਕਿਹਾ ਹੈ, ਮੈਨੂੰ ਬੋਲਦਾ ਕਿ ਨਹੀਂ। ਰਾਜਵੀਰ ਗੱਲ ਸੁਣੋ, ਤੁਸੀਂ ਮੇਰਾ ਬੋਲਦੇ ਨਹੀਂ। ਕੀ ਬੋਲਾਂ ਯਾਰ, ਰਹਿ ਕੀ ਗਿਆ ਹੁਣ, ਬਹੁਤ ਕੁਛ ਕਰ ਲਿਆ ਸਾਡੇ ਨਾਲ ਤੈਨੇ ਬਾਈ। ਮੇਰਾ ਕੀ ਕਸੂਰ ਆ? ਨਾ ਕਸੂਰ ਤੇਰਾ ਕੀ ਆ, ਮੇਰਾ ਕਸੂਰ ਆ ਜਿਹੜਾ ਤੈਨੂੰ ਪਿਆਰ ਕਰ ਬੈਠਿਆ ਹੈਗਾ। ਤੂੰ ਤਾਂ ਕੋਈ ਕਸਰ ਨਹੀਂ ਛੱਡੀ ਨਾ, ਤੂੰ ਤਾਂ ਮੇਰੀ ਜ਼ਮੀਨ ਦੱਬਣ ਨੂੰ ਫਿਰਦੀ ਹੈਗੀ। ਕੀ ਉਹ ਜਿਹੜੇ 2 ਕਿੱਲੇ ਨੇਗੇ? ਪਰ ਨਾ, ਮੈਂ ਤਾਂ ਇਹੋ ਜਿਹਾ ਕੁਛ ਕੀਤਾ ਹੀ ਨਹੀਂ। ਅੱਛਾ, ਤੂੰ ਕਾਹਨੂੰ ਕੀਤਾ? ਮੈਂ ਤਾਂ ਝੂਠ ਬੋਲਦਾਗਾ। ਜ਼ਮੀਨ ਦੇ ਕਾਗਜ਼ ਰੈਡੀ ਕਰਵਾਏ ਨੇ, ਮੈਂ ਤਾਂ ਸਗੋਂ ਆਪਦੇ 2 ਕਿੱਲੇ ਆ ਜਿਹੜੇ ਲੱਗਦੇ ਆ, ਆ ਤੇ ਉਹ ਪਰਲਾ। ਉਹ ਬਸ ਬਾਈ, ਮੈਨੂੰ ਤੇਰੇ ਤੇ ਕੋਈ ਭਰੋਸਾ ਨਹੀਂ ਰਿਹਾ, ਝੂਠ ਨਾ ਬੋਲ ਤੂੰ। ਰਾਜਵੀਰ ਮੈਂ ਸੱਚੀ ਕਹਿੰਦੀ, ਮੇਰੇ ਤੇ ਭਰੋਸਾ ਕਰੋ, ਮੈਂ ਤਾਂ ਜ਼ਮੀਨ ਛੋੜ ਤੁਹਾਡੇ ਨਾਮ 2 ਕਿੱਲੇ ਲਵਾ ਤੇ ਪੇਪਰ ਤੁਹਾਡੇ ਘਰੇ ਭੇਜਣੇ ਆ ਹੁਣ ਮੈਂ। ਅੱਛਾ, ਫਿਰ ਤੇਰੀ ਮਾਸੀ ਐਵੇਂ ਝੂਠ ਬੋਲਦੀ ਹੈ? ਘਰੋਂ ਕੱਢਤਾ, ਘਰੋਂ ਕੱਢਿਆ ਨਹੀਂ ਉਹਨਾਂ ਨੂੰ ਤੈਨੇ? ਦੱਸ ਮੈਨੂੰ ਹੁਣ, ਮਾਸੀ ਨੂੰ ਮੈਂ ਘਰੋਂ ਕੱਢਿਆ? ਹੋਰ ਕੀ ਨਹੀਂ ਕੱਢਿਆਗਾ? ਕੀ ਨਾ, ਫਿਰ ਤੂੰ ਨਹੀਂ ਕੱਢਿਆ? ਉਹ ਜਾਂਦੇ ਤੇ ਜੁੱਲੀ ਬਿਸਤਰਾ ਚੱਕੀ। ਮੈਂ ਕੋਈ ਘਰੋਂ ਨਹੀਂ ਕੱਢਿਆ, ਨਾਲੇ ਰਿਸ਼ਤੇਦਾਰ ਨੇ ਤਾਂ ਜਾਣਾ ਹੀ ਹੁੰਦਾ ਨਾ ਘਰੇ ਆਪਦੇ, ਮਾਸੜ ਆਇਆ ਸੀ ਲੈਣ ਵਾਸਤੇ। ਜਾਣਾ ਤਾਂ ਹੁੰਦਾ, ਪਰ ਜਿਹੜੇ ਲੋੜ ਤੁਸੀਂ ਕੱਢਿਆ ਨਾ, ਐਵੇਂ ਨਹੀਂ ਕੋਈ ਕੱਢਦਾ ਗਿਆ, ਮੈਨੂੰ ਸਾਰੀ ਗੱਲ ਦੱਸ ਕੇ ਗਏ ਨੇ ਉਹ। ਹਾਏ ਰੱਬਾ, ਇੰਨਾ ਮਾੜਾ ਸੋਚ ਦਿੱਤੀ ਯਾਰ ਸਾਡੇ ਬਾਰੇ, ਅਸੀਂ ਕੀ ਇੰਨਾ ਮਾੜਾ ਕੀ ਕਰਤਾ ਜੀਤਾ ਮੈਂ ਤੇਰਾ? ਮੈਂ ਸੱਚੀ ਨਹੀਂ ਆ, ਮੈਂ ਤੁਹਾਨੂੰ ਕਦੇ ਕੁਛ ਇਹੋ ਜਿਹਾ ਨਹੀਂ ਕਿਹਾ, ਮੈਂ ਤਾਂ ਆਪਣੀ ਜ਼ਮੀਨ ਵੀ ਤੁਹਾਨੂੰ ਦੇਣ ਨੂੰ ਫਿਰਦੀ ਹਾਂ ਕਿ 2 ਕਿੱਲੇ ਤੁਹਾਡੇ ਉਹ ਹੋ ਜਾਣ। ਮੈਨੂੰ ਪਤਾ ਨਵੀ ਨੇ ਦੱਬੇ ਹੋਇਆ। ਕੌਣ ਦੇ ਦੂ ਯਾਰ ਆਪਦੀ ਜ਼ਮੀਨ ਮੈਨੂੰ, ਹੈਂ? ਦੇ ਦੂ ਕਿਸੇ ਨੂੰ? ਅਗਲਾ ਵੱਟ ਨਹੀਂ ਮਾੜੀ ਜੀ ਉਹ ਕਰਨ ਦਾ, ਪਰ ਤੂੰ ਤਾਂ 2 ਕਿੱਲਿਆਂ ਨੂੰ ਕਹਿੰਦੀ ਆ ਵੀ ਤੂੰ ਆਪਦੇ ਦੇ ਦੇਂਗੀ, ਉਹ ਜਿਹੜੇ ਅਸੀਂ ਨੇ ਛਡਾਉਣ ਨੂੰ ਕਹਿੰਦੇ। ਠੀਕ ਆ, ਯਕੀਨ ਹੋ ਜੂਗਾ ਤੁਹਾਨੂੰ ਅੱਜ, ਤੁਹਾਡੇ ਘਰੇ ਪੇਪਰ ਪਹੁੰਚ ਜਾਣਗੇ ਸ਼ਾਮ ਨੂੰ, ਨਾ ਬੁਲਾਓ ਤੁਸੀਂ ਮੈਨੂੰ। ਚੱਲ ਕੋਈ ਨਾ, ਇਹ ਵੀ ਪਤਾ ਲੱਗ ਜੂਗਾ ਵੀ ਤੂੰ ਸੱਚ ਬੋਲਦੀ ਆ ਕਿ ਝੂਠ ਬੋਲਦੀ ਆ। ਹਾਂ ਲੱਗੂਗਾ, ਕਿਉਂ ਨਹੀਂ, ਜਾ ਕੇ ਘਰੇ ਦੇਖ ਲਿਓ। ਜੈ ਖਾਂਦੀਆਂ, ਆਹ ਬਦਾਮਾਂ ਦੇ ਬੂਟੇ ਖੜੇ ਨੇ, ਉਹ ਚੌਲੇ ਕੁਛ ਨਹੀਂ ਕਿਤੇ ਲੱਗਿਆ, ਆਹ ਵੀ ਇਹਨਾਂ ਨੂੰ ਕੋਈ ਭਰਿੰਡੀ ਲੱਗੀ। ਸੱਚੀ ਇਹਦੀ ਤਾਂ ਮਾੜੀ ਕਰਮ ਨੇ, ਪਤਾ ਨਹੀਂ ਕਿਹੜਾ ਸਾਲ ਚੜ੍ਹਾ ਦੀ, ਕਿਸੇ ਪਾਸੇ ਵਾਧਾ ਜਾਂ ਹੁੰਦਾ ਦਿਖਦਾ ਹੀ ਨਹੀਂ, ਆ ਇਹਨਾਂ ਤਾਂ ਹੁਣ ਦਵਾਈ ਛਿੜਕੇ ਆਉਣ ਦੀ ਸਲਾਹ ਕਰਦੀ ਤੀ। ਉਹ ਬੇਬੇ, ਕਿਉਂ ਭਰਿੰਡੇ 'ਚ ਵੜ ਰਹੀ ਹੈਗੀ? ਵੀ ਲੱਗਦਾ ਹੀ ਨਹੀਂ, ਇਹਨਾਂ 'ਚ ਕੰਡ ਹੁੰਦੀ ਹੈਗੀ। ਜੀਤਾ ਮਿਲੀ ਸੀਗੀ ਮੈਨੂੰ ਖੇਤ, ਮੈਨੂੰ ਬੁਲਾਉਂਦੀ ਸੀਗੀ, ਫਿਰ ਤੈਂ ਕੀ ਕਿਹਾ? ਮਾਂ ਬਾਈ ਗੱਲ ਸੁਣ, ਆਪਣੀ ਤਾਂ ਜਿੰਨਾ ਹੋ ਗਿਆ ਕੁੱਤਕਲੇ ਤੈਨੇ ਮੇਰੇ ਨਾਲ ਘੱਟ ਕਰਿਆਗਾ, ਹੈਂ? ਸਾਡਾ ਕਿੰਨਾ ਮਾੜਾ ਕਰਦੀਆਂ ਤੂੰ, ਕਰਿਆ ਤਾਂ ਵਾਧੂ, ਸਾਡੀ ਜ਼ਮੀਨ ਤੇ ਕਬਜ਼ਾ ਕਰੀ ਬੈਠੀ ਤੁਸੀਂ। ਉਹ ਤਾਂ ਤੇਰੀ ਗੱਲ ਠੀਕ ਹੈ, ਇੱਕ ਦਿਨ ਮੇਰੇ ਕੋਲ ਮੈਂ ਸੁਣ ਤਾਂ ਲੈ, ਮੈਨੂੰ ਕਹਿੰਦੀ ਮੈਂ 2 ਕਿੱਲੇ ਤੁਹਾਡੇ ਨਾਮ ਲਵਾ ਰਹੀ ਹੈਗੀ, ਮੈਂ ਅਗਲਾ ਖੁੱਡ ਨਹੀਂ ਦਿੰਦਾ, ਤੂੰ 2 ਕਿੱਲੇ ਛੁਣਛਣਾ ਦੇ ਦੇਂਗੀ। ਉਹ ਤੂੰ ਮੇਰੀ ਤਾਂ ਗੱਲ ਸੁਣ ਲੈ, ਤੂੰ ਠੰਡਾ ਸਵਾਹ ਨਾ ਸੁਣਿਆ ਕਰ, ਪੁੱਤ ਭੜਕਿਆ ਨਾ ਕਰ। ਆਈ ਤੀ ਮੇਰੇ ਇੱਕ ਦਿਨ ਮੇਰੇ ਖਾਸੇ ਦਿਨ ਹੋ ਗਏ, ਮੈਂ ਤੈਨੂੰ ਦੱਸਣਾ ਭੁੱਲ ਗਈ, ਉਹਦੇ ਮੈਨੂੰ ਐਂ ਕਹਿੰਦੀ ਕਹੀਂ ਲੈ ਲਓ ਤੁਸੀਂ 2 ਕਿੱਲੇ ਆਏ 2 ਕਿੱਲੇ ਬੇਬੇ ਕਿੱਥੋਂ ਬੇਬੇ ਹੈ ਨਹੀਂ ਗੱਪਣੀ ਆ ਸਰ ਇਹਦੀ ਭਾਈ, ਪਤਾ ਨਹੀਂ ਦਿਲ 'ਚ ਤਾਂ ਕੀ ਆ ਹੁਣ, ਮਾੜਾ ਕਰਿਆ ਆਪਣੇ ਨਾਲ, ਕਰੀਏ ਤਾਂ ਵਾਧੂ ਨੇ ਘਰਿਆਂ ਦੀ, ਤੇਰੀ ਲਾਭਾ ਕਰਤੀ ਮੇਰੀ ਕਰਤੀ, ਯਕੀਨ ਨਹੀਂ ਰਿਹਾ ਅੱਜ ਕੱਲ੍ਹ ਦੁਨੀਆ, ਯਕੀਨ ਤਾਂ ਫਿਰ ਭਰੋਸਾ ਦਾ ਕੋਈ ਚੀਜ਼ ਹੁੰਦਾ, ਭਰੋਸਾ ਤਾਂ ਉੱਡ ਗਿਆ ਕੇਰਾ ਬੇਬੇ, ਕਿੰਨੀ ਵਾਰ ਆਪਾਂ ਲੁੱਟੇ ਗਏ ਹਨਾ ਭਰੋਸਾ ਕਰਕੇ, ਬਾਹਰ ਕੁਛ ਕਰਿਆ ਆਪਣੇ ਨਾਲ ਤਾਂ, ਪਰ ਉਹ ਇੰਨੀ ਗੱਲ ਭਾਈ ਝੂਠ ਲਾ ਲੈ ਚਾਹੇ ਸੱਚ, ਮੇਰੇ ਕੋਲ ਕਹੀ ਨਹੀਂ ਤੀ ਹੋਈ ਕਹੀ 2 ਕਿੱਲੇ ਤਾਂ ਮੈਂ ਤੁਹਾਡੇ ਛੱਡੂੰਗੀ। ਮੈਂ ਭਾਈ ਜੇ ਨਵਦੀਪ ਕਹੇ ਤਾਂ ਹੀ ਹੈ, ਨਵਦੀਪ ਨਹੀਂ, ਨਵਦੀਪ ਵੀ ਹਰਾਮੀ ਤੈਨੂੰ ਲੱਗਦਾ, ਉਹ ਵੀ ਬੇਬੇ ਜ਼ਮੀਨ ਦਾ ਲਾਲਚੀ ਹੈਗਾ, ਉਹ ਤਾਂ ਮੈਨੂੰ ਐਂ ਕਹਿੰਦੀ ਸੀ, ਕਹਿੰਦੀ ਕਾਗਜ਼ ਤਿਆਰ ਕਰਾਈ ਬੈਠੀ ਹੈਗੀ ਮੈਂ, ਤੁਹਾਡੇ ਘਰੇ ਆਉਣਗੇ ਪਤਾ ਲੱਗ ਜੂ ਤੁਹਾਨੂੰ। ਵੀ ਬੋਲਾ ਹੋਰ ਤੈਨੂੰ ਕੀ ਚਾਹੀਦਾ, ਹੋਰ ਕੀ ਭਾਲਦਾ ਤੂੰ, ਜੇ ਮਿੱਠਾ ਹੋ ਕੇ ਮੈਂ ਤਾਂ ਕਹਿੰਦੀ ਲਵੇ ਲੱਗ ਜਾ ਕੰਜਰੀ ਦੇ, ਲੈ ਲੈ 2 ਖੁੱਡ, ਤੂੰ ਤਾਂ ਬੋਲਾ ਦੁੱਧ ਹੈ, ਕੁਛ ਨਹੀਂ ਹੁੰਦਾ, ਦੇਖ ਤਾਂ ਲੈ ਅੱਗੇ ਜੇ ਖਾ ਰਹੇ ਜੇ ਮਿੱਠੇ। ਚੱਲ ਕੋਈ ਨਾ, ਦੇਖਦੇ ਹਾਂ ਬਣਦਾ ਕੀ ਆ, ਬਣਦਾ ਤਾਂ ਕੀ ਆ, ਅਸੀਂ ਤਾਂ ਮੈਂ ਤੁਹਾਨੂੰ ਕਹਿੰਦੀ ਹੈਗੀ, ਕਹਿੰਦੀ ਮੇਰੇ ਕੋਲ ਬੁੱਧ ਬਥੇਰਾ ਕੁਸ਼ਤੀ, ਰਾਜਵੀਰ ਆਏ ਰਾਜਵੀਰ, ਮੈਂ ਕਿਹਾ ਬਾਈ ਤੇਰੇ ਤਾਂ ਹੁਣ ਮੈਨੂੰ ਭਰੋਸਾ ਨਹੀਂ ਹੈਗਾ, ਹੋਇਆ ਤੋਂ ਜਾਣੀਏ, ਹਾਂ ਹੋਇਆ ਤੋਂ ਜਾਣੀਏ, ਅੱਗੇ ਪਿੰਡ ਬੰਨੇ ਵਾਹਣੀਆਂ ਵਸ ਗਿਆ ਤੋਂ ਜਾਣੀਏ।
ਹੈ ਨਾ। ਹਾਲੇ ਪਹਿਲੀ ਆਪਾਂ ਕਾਹਨੂੰ ਕਹੀਏ, ਕਿਸੇ ਕੋਲ ਗੱਲ ਨਾ ਕਰੀ, ਚੁੱਪ ਕਰ, ਨਾ ਮੈਂ ਕਿਸੇ ਕੋਲ ਨਹੀਂ ਗੱਲ ਕਰਦਾ। ਆਹੋ ਚੱਲ ਦੇਖਦੇ ਫਿਰ ਕੀ ਬਣਦਾ, ਪਰ ਤੂੰ ਲਵੇ ਲੱਗ ਜਾ, ਕੁਛ ਨਹੀਂ ਹੁੰਦਾ, ਮੇਰੇ ਕਹੀ ਲੱਗ ਜਾ ਪੁੱਤ। ਚੱਲ ਕੋਈ ਨਾ ਬੇਬੇ, ਜੇ ਇੰਨਾ ਕੰਮ ਬਣਦਾ ਆਪਣਾ ਕੀ ਮਾੜਾਗਾ, ਮੈਂ ਤਾਂ ਤੈਨੂੰ ਆਪ ਕਹਿੰਦੀ ਆ ਚੁੱਪ ਕਰ ਜਾਣਾ, ਠੀਕ ਆ, ਜਿੰਨਾ ਕੁਛ ਹੋ ਗਿਆ ਬਰਦਾਸ਼ਤ ਕਰ ਲਿਆ। ਬਈ ਚੱਲ ਕੋਈ ਨਾ, ਕਹਿ ਲਈਆਂ ਕਹਾਲੀਆਂ ਛੱਡ ਪਰਾਂ, ਰੇਤਾ ਪਾ ਉਹਨਾਂ 'ਤੇ ਵੀ ਚੱਲ ਜੀ ਆਪਣੇ 2 ਕਿੱਲੇ ਆਪਣੇ ਕੋਲ ਪੁੱਤ ਆ ਜਾਣ, ਚਾਰ ਤਾਂ ਬਣ ਜਾਣਗੇ। ਸਮਝਦਾ ਬੇਬੇ, ਉਹ ਤਾਂ ਮੈਂ ਤਾਂ ਆਪ ਕਹਿੰਦਾ ਵੀ ਜੇ 4 ਖੁੱਡ ਬਣਦੇ ਨੇ ਕੀ ਮਾੜੇ ਨੇ, ਕੁਛ ਨਹੀਂ ਹੁੰਦਾ। ਲਵੇ ਆਉਂਦੀ ਆ, ਦੇਖ ਲਾਂਗੇ ਗੇਟ 'ਚ, ਊਂ ਜੇ ਆਪਾਂ ਨੂੰ ਇਹ ਆਜੂ ਠਿੱਠ ਤਾਂ ਕਰੂ। ਚੱਲ ਆ ਜਾ, 3 ਵੱਜੇ ਪੈਂਦੇ, ਚਾਹ ਬਣਾ ਲਾ। ਚੱਲ ਮੈਂ ਤਾਂ ਇੱਧਰ ਫਿਰਦੀ ਗੇੜਾ 'ਚ ਖੜ ਕੇ ਇੱਧਰ ਆ ਗਈ, ਇਕੱਲੀ ਦਾ ਮੇਰਾ ਜੀਨ ਲੱਗਿਆ ਅੰਦਰ। ਚੱਲ ਕੀ ਕਰਾਂ, ਕਦੇ ਡੋਬੇ ਕਦੇ ਸੋਕੇ। ਲੈ ਦੱਸ, ਆ ਦੀ ਨੇ ਚਾਦਰ ਵੀ ਨਹੀਂ ਸੈੱਟ ਕੀਤੀ ਹੈਗੀ, ਬਸ ਖੇਤਾਂ 'ਚ ਫਿਰਦੀ ਰਹਿੰਦੀ ਸਾਰਾ ਦਿਨ, ਘਰੇ ਗਾਹ ਵੱਜਿਆ ਰਹਿੰਦਾ। ਵੀ ਬੰਦਾ ਘਰੇ ਤਾਂ ਸਫਾਈ ਕਰ ਲਏ, ਖੇਤ 'ਚ ਕਿਹਨੇ ਦੇਖਣਾ ਜਾ ਕੇ, ਫਿਰ ਤਾਂ 100 ਭੈਣ ਭਾਈ ਆਉਂਦਾ। ਆ ਕੱਪੜੇ ਵੀ ਧੋ ਕੇ ਹੀ ਸੁੱਟ ਗਈ, ਵੀ ਦੱਸ ਤੂੰ ਤੈਂ ਹੱਥਾਂ ਮਾਰ ਲਾ। ਮੇਰਾ ਫੋਨ ਵੀ ਨਹੀਂ ਮੈਨੂੰ ਤਾਂ ਪਤਾ ਹੈਗਾ, ਚਾਰਜ ਲਾਉਣਾ ਸੀ। ਚਲੋ ਤਾਂ ਬਾਅਦ 'ਚੋਂ ਲਾਉਣੀ ਆ, ਪਹਿਲਾਂ ਮਾੜਾ ਜਿਹਾ ਕੱਪੜੇ ਰੱਖਦਾ ਤੈਂ ਮਾਰ ਕੇ। ਨਾ ਘਰੇ ਰਹਿੰਦੀ ਹੈ ਨਾ ਕਿਤੇ ਹੋਰ, ਸਾਰਾ ਦਿਨ ਖੇਤਾਂ 'ਚ ਫਿਰਦੀ ਰਹਿੰਦੀ ਹੈ, ਨਾਲੇ ਖੇਤਾਂ 'ਚ ਵੀ ਲੱਲਰ ਲੱਗਦੇ ਤਾਂ ਕੁਛ। ਜੀਜੂ ਤਾਂ ਕਹਿੰਦਾ ਸੀ ਮੇਰੇ ਨਾਮ ਕੁਛ ਹੈ, ਫਿਰ ਆ ਕਿਹਦੇ ਨਾਮ ਦੇ ਲਿਖਾਇਆ ਹੋਇਆ ਨਾ। ਮੈਨੂੰ ਲੱਗਦਾ ਨਾ ਜੀਜੂ ਮੈਨੂੰ ਬੁੱਧੀ ਬਣਾਉਂਦਾ, ਇਹਨੂੰ ਮੈਂ ਪੁੱਛਦੀ ਹਾਂ ਚੱਕ। ਓਏ ਹਾਂ ਹਾਂ ਬਾਈ, ਆ ਗਿਆ ਆ ਗਿਆ, ਮੈਂ ਬਸ ਇੱਧਰ ਆਉਣਾ ਗਾ, ਇੱਧਰ ਘਰਾਟਤੀ ਆ ਰਿਹਾ ਸੀਗਾ, ਆ ਗਿਆ 5 ਮਿੰਟਾਂ 'ਚ। ਓ ਜੀਤਾ ਮੈਂ ਜਾ ਕੇ ਆਉਂਦੀ ਘਰਾਟ 'ਤੇ, ਸਾਰਾ ਦਿਨ ਜੀਤਾਂ ਜੀਤਾਂ ਨਾਲ ਹੀ ਰੱਖਦਾ, ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ। ਤੂੰ ਕਿਵੇਂ ਭੱਖੀ ਫਿਰਦੀ ਹੈਗੀ, ਉਰੇ ਨਹੀਂ ਹੈਗੀ ਜੀਤਾਂ ਜੀਤਾਂ। ਕਿੱਧਰ ਭੱਗੀ? ਖੇਤ ਨਿਕਲੀ ਆ। ਆ ਕੀ ਆ, ਇਹ ਕੀ ਚੱਕੀ ਫਿਰਦੀ ਆ, ਇਹ ਸਭ ਕੀ ਇਹ? ਪੜਤਾ ਲੈਣ ਦੇ ਹੁਣ, ਮੈਨੂੰ ਐਂ ਕੀ ਪਤਾ ਲੱਗ ਗਿਆ ਕੀ ਹੈਗਾ। ਪੜ ਲਾ, ਤੂੰ ਵੀ ਪੜ ਲਾ। ਇਹ ਕੀ ਨੇ ਤਿਆਰ ਕਰਾਤਾ? ਅੱਛਾ, ਬੜਾ ਅਣਜਾਣ ਨਾ ਬਣ, ਠੀਕ ਆ, ਤੈਨੂੰ ਸਾਰਾ ਕੁਝ ਪਤਾ, ਫਿਰ ਵੀ ਤੂੰ ਮੈਨੂੰ ਬੁੱਧੂ ਬਣਾ ਰਿਹਾ। ਤੈਨੂੰ ਯਾਰ ਬੁੱਧੂ ਕਾਹਦੇ ਵਾਸਤੇ ਬੁਲਾਉਣਾ, ਤੈਨੂੰ ਬੁੱਧੂ ਬੁਲਾਉਣ ਵਾਸਤੇ ਬੁਲਾਇਆ ਉਰੇ ਮੈਂ, ਉਹੀ ਹੋ ਰਹੀ ਮਰੀ ਜਿੰਨੀ ਹੈਗੀ। ਫਿਰ ਇਹ ਸਭ ਕੀ ਹੈ? ਮੈਨੂੰ ਤਾਂ ਆਪ ਨਹੀਂ ਪਤਾ ਸਾਲਾ, ਇਹ ਕੀ ਕਿਵੇਂ ਹੋ ਗਿਆ? ਅੱਛਾ, ਕਿੰਨਿਆਂ ਦੇ ਕੀ ਭੋਲਾ ਬਣ ਰਿਹਾ, ਜਿਵੇਂ ਕੁਛ ਪਤਾ ਹੀ ਨਹੀਂ ਹੁੰਦਾ। ਯਾਰ ਕਰਾਇਆ ਮੈਨੂੰ ਸੱਚੀ ਸੱਚੀ ਦੱਸ, ਤੈਂ ਕੋਈ ਗੱਲਬਾਤ ਕਰੀ ਹੈ ਕਿ ਕਿਵੇਂ? ਮੈਨੂੰ ਨਹੀਂ ਪਤਾ, ਸੌਂ ਲੱਗੇ ਮੈਂ ਨਹੀਂ ਕੁਛ, ਮੈਨੂੰ ਨਹੀਂ ਪਤਾ ਹੈਗਾ ਇਹ। ਮੈਂ ਕੁਛ ਨਹੀਂ ਕੀਤਾ। ਪਰ ਐਡੀ ਕੁਲੀ ਤਾਂ ਉਹ ਹੈ ਨਹੀਂ ਗੀ, ਵੀ ਇਹ 8 ਦੇ 8 ਕਿੱਲਿਆਂ ਆਪ ਇੰਨੀ ਛੇਤੀ ਨੌਲ ਲਵਾ ਦੂਗੀ। ਪਰ ਇਹ ਤਾਂ ਯਾਰ ਜੰਮੀ ਸਾਨ ਹੋ ਗਿਆ, ਮੈਂ ਤਾਂ ਤੈਨੂੰ ਵਿੱਚ ਫਸਾਇਆ ਲਿਆ ਕੇ। ਅੱਛਾ, ਤੈਨੂੰ ਕਿੱਥੋਂ ਲੱਭੇ ਨੇ ਇਹ? ਨਾ ਕੀ ਮਤਲਬ ਆ ਤੇਰਾ ਵਿੱਚ ਫਸਾਇਆ? ਤੁਸੀਂ ਗਲਤ ਸਮਝੀ, ਵੀ ਮਤਲਬ ਤੇਰੇ ਤੇ ਗਲਤ ਸ਼ੱਕ ਕਰੋ, ਆਪਾਂ ਬਾਹਰ ਦੀ ਬਾਰ ਪਰਾਂ ਵਿਆਹ ਕਰਾ ਕੇ ਕੰਮ ਨਿਬੇੜਦੇ, ਆਪਾਂ ਨੂੰ ਜ਼ਮੀਨ ਦਾ ਕੀ ਮਤਲਬ ਸੀਗਾ? ਤੇ ਕੀ ਕਹਿੰਦੇ ਨੇ, ਫਿਰ ਜੇ ਕਰਾ ਵੀ ਲੈਤੀ, ਲੱਭਿਆ ਕਿੱਥੋਂ? ਤੈਨੂੰ ਦੱਸਿਆ ਕਿਉਂ ਨਹੀਂ? ਲੱਭਿਆ ਕਿੱਥੋਂ ਇਹ? ਯਾਰ ਮੈਂ ਤਾਂ ਕੱਪੜੇ ਰੱਖ ਰਹੀ ਸੀ ਟੋਚ, ਉਹਦੇ ਵਿੱਚ ਪਏ ਸੀ ਕਾਗਜ਼। ਅੱਛਾ, ਬੜਾ ਸੋਚਾਂ 'ਚ ਨਾ ਪੈ, ਮੈਨੂੰ ਸਹੀ ਸਹੀ ਦੱਸ ਦੇ ਵੀ ਤੂੰ ਕਰਵਾਇਆ ਇਹ? ਮੈਂ ਨਹੀਂ ਕਰਾਇਆ, ਸੌਂ ਲੱਗੇ ਸਾਈਨ ਨਹੀਂ ਹੋਏ ਹਜੇ ਉਹਦੇ ਮੈਡਮ ਦੇ। ਅੱਗ ਚਲਾ ਦੇ ਇਹਨੂੰ, ਫੜ ਹਾਂ, ਸਾਈਨ ਨਹੀਂ, ਸਾਈਨਾਂ ਤੋਂ ਬਿਨਾ ਕੀ ਹੈਗਾ? ਮੋਟੇ ਦਿਮਾਗ ਦੇ ਆ, ਸੱਚੀ ਮੋਟੇ ਦਿਮਾਗ ਦੇ, ਜਦੋਂ ਇੰਨਾ ਸਾਰਾ ਕੁਛ ਲਿਖਾ ਰੱਖਿਆ ਤਾਂ ਆਬਵੀਅਸਲੀ ਸਾਈਨ ਵੀ ਕਰੂਗੀ ਹੀ। ਇਹ ਵੀ ਤੇਰੀ ਗੱਲ ਠੀਕ ਆ ਹਨਾ, ਬਸ ਐਂ ਕਰੀ,
ਸਾਈਨ ਕਰਾਉਣ ਵਾਲਾ ਕੰਮ ਕਰਤੇ ਸਮਝ ਲੈ ਆਪਾਂ ਤਾਂ ਨਜ਼ਾਰੇ ਲਵਾਂ ਪਰ ਉਹਦੇ ਲਵੇ ਮੈਂ ਐਡਾ ਰਿਸਕ ਮੈਂ ਲਵਾਂ ਹੈ ਹੋਰ ਕੌਣ ਲਊਗਾ ਘਰ ਵਾਲੀ ਤੇਰੇ ਆ ਤੂੰ ਸਕੀਮ ਲਾ ਕੋਈ ਮੇਰੇ ਕਿਸੇ ਤਾਂ ਕਰਤੀ ਨਹੀਂ ਮੇਰੇ ਤਾਂ ਜੇ ਮੇਰੇ ਕਿਸੇ ਤੋਂ ਕਰਦੀ ਨਹੀਂ ਮੈਨੂੰ ਆਹ ਨਾ ਦੱਸ ਨਹੀਂ ਮੈਂ ਪੇਪਰ ਤਿਆਰ ਕਰਾ ਰੱਖੇ ਨੇ ਪਰ ਇੰਨਾ ਕੁ ਤਾਂ ਮੈਨੂੰ ਹੈਗਾ ਸੀ ਵੀ ਮੇਰੇ ਤੋਂ ਬਗੈਰ ਕਾਹਨੂੰ ਦਿੰਦੀ ਹੈ ਕਿਸੇ ਨੂੰ ਜ਼ਮੀਨ ਆਹੋ ਤੈਨੂੰ ਤਾਂ ਬਾਹਲਾ ਉੱਤੇ ਤਵਾਰ ਹੈ ਤਿੰਨ ਵਾਰ ਤਾਂ ਤੁਹਾਡੀ ਵੀਡੀਓ ਫੜ ਲਈਆਂ ਹਜੇ ਵੀ ਤੈਨੂੰ ਉੱਤੇ ਵਿਸ਼ਵਾਸ ਹੈ ਕੋਈ ਤੈਨੂੰ ਨਹੀਂ ਪਤਾ ਇਹ ਉਹ ਬੰਦੇ ਪਿੱਛੇ ਕੁਛ ਵੀ ਕਰ ਸਕਦੇ ਇਹਨੂੰ ਜ਼ਮੀਨ ਨਾਲ ਪਿਆਰ ਨਹੀਂ ਹੈਗਾ ਇਹ ਤਾਂ ਖੇਤਾਂ ਖੁੱਤ ਨੂੰ ਹੀ ਕਹੀ ਜਾਂਦੀ ਹੈਗੀ ਇਹਨੂੰ ਤਾਂ ਮੈਂ ਜ਼ਮੀਨ ਦੇ ਕੇ ਮੈਂ ਇਹਨੂੰ ਜ਼ਮੀਨ ਦੇ ਦੂੰ ਵੀ ਵਿਆਹ ਮੈਂ ਉੱਧਰ ਕਰਾ ਦੂੰਗੀ ਇਹਦੇ ਦਿਮਾਗ 'ਚ ਆਹ ਚੱਲਿਆ ਹੋਊ ਉਹਨੇ ਰਾਏ ਦਿੱਤੀ ਹੋਊਗੀ ਵੀ ਇਹਦਾ ਜ਼ਮੀਨ ਦਾ ਭੁੱਖਾ ਗਾ ਵੀ ਇਹਨੂੰ ਜ਼ਮੀਨ ਦੇ ਦਿੰਦੀ ਹਾਂ ਫਿਰ ਇਹਦੇ ਤੋਂ ਆਪਾਂ ਗੱਲ ਕਿਵੇਂ ਇਹਦੇ ਮੂੰਹ 'ਚੋਂ ਕਢਵਾਈਏ ਵੀ ਆਹ ਕਿਹਨੇ ਕਰਵਾਇਆ ਤੂੰ ਐਂ ਕਰ ਉਹਨੂੰ ਗੱਲਾਂ ਗੱਲਾਂ 'ਚ ਲੈ ਕੇ ਨਾ ਪੁੱਛਣ ਦੀ ਕੋਸ਼ਿਸ਼ ਕਰ ਵੀ ਇਹ ਜ਼ਮੀਨ ਦੇ ਕਾਗਜ਼ ਬਣਵਾਈ ਕਿਵੇਂ ਮੈਨੂੰ ਨਹੀਂ ਦੱਸਦੀ ਹੈ ਕਿ ਉਹ ਤੇਰੀ ਭੈਣ ਆ ਤੂੰ ਕਿਸੇ ਰੋਡ ਗੱਲ ਛੇੜ ਕਹਦੇ ਦੀਵੀਆਂ ਦੇ ਸੋਹਣੀ ਨਹੀਂ ਲੱਗਦੀ ਕਹਦੇ ਜ਼ਮੀਨ ਤੇਰਾ ਦਿਮਾਗ ਸਹੀ ਆ ਦਿਮਾਗ ਸੱਟ ਆ ਤੇਰਾ ਮੈਂ ਤਾਂ ਉਹਦੇ ਮੂਹਰੇ ਭੋਲੀ ਬਣੀ ਹੋਈ ਆ ਕਮਲੀ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ ਮੈਂ ਸ਼ਹਿਰੀ ਵਾਲੇ ਗੱਲਾਂ ਕਿਵੇਂ ਕਰ ਲੂੰਗੀ ਤੇ ਸਾਹਮਣੇ ਇਹ ਵੀ ਪੰਕਾ ਅੜ ਕੇ ਆਣਾ ਤੇ ਮੀ ਮੇਰੇ ਸਾਲੂ ਲਿਆ ਕੇ ਕੁੰਡੀਆਂ ਅੜਾ ਦੇਣਾ ਬਾਅਦ ਚੋਂ ਮੈਨੂੰ ਕਹੇ ਨਾ ਜੀਜਾ ਕਰ ਲਾ ਹੀ ਲੈ ਜੀਜਾ ਭੈਣ ਚੋਂ ਕਿਹੜੇ ਬਾਂਸ ਤੇ ਚੜ ਜੇ ਮੈਨੂੰ ਨਹੀਂ ਪਤਾ ਜਿਹੜਾ ਕੁਛ ਕਰਨਾ ਨਾ ਕਰ ਪਰ ਮੇਰੇ ਨਾਮ ਨਾ ਵਿੱਚ ਆ ਜੇ ਮੈਂ ਭੋਲੀ ਬਣੀ ਹੋਈ ਆ ਨਾ ਮੈਨੂੰ ਭੋਲੀ ਬਣ ਕੇ ਰਹਿਣ ਦੇ ਹਰੇਕ ਕਹਿੰਦਾ ਵੀ ਮੈਂ ਨਾ ਮਾੜਾ ਵੱਜਾਂ ਵੀ ਇਹੀ ਮਾੜਾ ਵੱਜੀ ਜਾਵੇ ਸਾਰੇ ਪਾਸੇ ਜਿਹੜਾ ਹੁੰਦਾ ਸਾਲਾ ਮੈਨੂੰ ਮੂਹਰੇ ਕਰਦਾ ਮਾਸੀ ਤੀ ਉਹ ਮੈਨੂੰ ਮੂਹਰੇ ਕਰਦਾ ਕਰੇ ਆਪ ਸੈਣੀ ਬਣ ਜਾਏਗਾ ਨਾ ਪੁੱਤ ਮੈਂ ਤਾਂ ਆਇਆ ਹੁਣ ਦੱਸਾਂ ਇੰਨਾ ਤਾਂ ਕੰਮ ਹੋ ਗਿਆ ਬਸ ਇੱਕ ਸਾਈਨਾ ਦਾ ਹੋ ਜੇ ਸਵਾਦ ਆ ਜੂਗਾ 8 ਕਿੱਲੇ ਆਪਣੇ ਫਿਰ ਰਹਿ ਗਏ 2 ਕਿੱਲੇ ਹੌਲੀ ਹੌਲੀ ਉਹ ਵੀ ਲੈ ਲਾਂਗੇ ਬਸ ਕੰਮ ਤਾਂ ਬਣਿਆ ਹੀ ਸਮਝਾ ਹੁਣ ਜੀਤਾ ਤਾਂ ਸਾਈਨ ਕਰਾਊ ਤਾਂ ਕਰਾਊਗਾ ਹੁਣ ਜੇ ਮੈਂ ਗੱਲ ਕਰੀ ਮੇਰੇ ਕਿਸੇ ਤਾਂ ਇਹਦਾ ਕਾਗਜ਼ ਹੀ ਪਾੜਦੇ ਪੱਤੀਏ ਵਾਲੀ ਆ ਇਹ ਤਾਂ ਮੈਨੂੰ ਲੱਗਦਾ ਹੈਪੀ ਨੂੰ ਇਹ ਪੰਪ ਦੇਣੇ ਪੈਣਗੇ ਇਸ ਨੂੰ ਸ਼ਿਕਾਰ ਬਣਾਉਣਾ ਪਊਗਾ ਇਹੀ ਕਰਾ ਕੇ ਤੂੰ ਸਾਈਨ 'ਤੇ ਦਿੱਤੇ ਗੱਲ ਮੈਂ ਛੇੜ ਦੂੰ ਸਾਈਨ ਹੈਪੀ ਕਰਾ ਦੂਗੀ ਚੱਲ ਸਾਲੇ ਕਾਗਜ਼ ਹੁਣ ਘਰ ਰੱਖਿਆ ਵਾਂ ਇਹਦੇ ਹੋ ਜਾਣਾ ਇਹ ਤਾਂ ਮੇਨ ਆ ਇਹਦੇ ਬਿਨਾਂ ਕੀ ਆ ਲੈ ਕਾਗਜ਼ ਤਾਂ ਸਾਂਭਤੇ ਅਤੇ ਬਾਕੀ ਗੱਲ ਰਹਿ ਗਈ ਸਾਈਨਾਂ ਦੀ ਸਾਈਨ ਤਾਂ ਬਸ ਹੁਣ ਇੱਕ ਵਾਰੀ ਜੀਤਾ ਮੰਨ ਜੇ ਸਾਈਨ ਕਰ ਦੇ ਇਹ ਕਿਵੇਂ ਕਰੂ ਸਾਈਨ ਇਹਦਾ ਇੱਕ ਮਿੰਟ ਤਾਂ ਇਹ ਲੱਗਦਾ ਵੀ ਕਰੂ ਕਿ ਨਾ ਚੱਲ ਮਨਾਉਣੀ ਤਾਂ ਪਊ ਪਹਿਲਾਂ ਉੱਧਰ ਕੰਮ ਜਾਇਆ ਜੀ ਉਹ ਵੀ ਉੱਧਰੋਂ ਅਗਲਾ ਫੋਨ ਕਰੀ ਜਾਂਦਾ ਆ ਕੇ ਕਰਦੇ ਹਾਂ ਜੀਤਾ ਨਾਲ ਤਾਂ ਬਾਕੀ ਗੱਲ ਆ ਨਹੀਂ ਕਰਕੇ ਫਲਾਈ ਆਵਾਂ ਜੇ ਤੂੰ ਬੁਲਾਵੇਂ ਹਾਣ ਦੀਏ ਹਾਂਜੀ ਕਿਹਨੇ ਬੁਲਾਇਆ ਉਹ ਬੁਲਾਇਆ ਤਾਂ ਕੀ ਨੇ ਤੂੰ ਘਰੇ ਵੜ ਜਾ ਕਰ ਮਾੜਾ ਮੋਟਾ ਸਰਦਨ ਇੱਧਰ ਫ੍ਰੀ ਨੇ ਫਲਾਈ ਕਰਨ ਚੱਲੇ ਉਹ ਤਾਂ ਗਾਣਾ ਆਇਆ ਸੀਗਾ ਮਾੜਾ ਜਿਹਾ ਸੱਬੇ ਦਾ ਹਾਂ ਚੱਲ ਗਾ ਲਈਏ ਅਗਲਾ ਗੂ ਫਿਰ ਮੇਰੇ ਵੀ ਨਹੀਂ ਚਰਚਾ ਜੀ ਕਰੀ ਅਤੇ ਗੱਲ ਐਂ ਸੀ ਕਿ ਮੈਂ ਮਾੜਾ ਜਿਹਾ ਘਰਾਟ ਤੱਕ ਜਾ ਕੇ ਆਉਂਦੀ ਆ ਉਹ ਮੁੰਡਾ ਆਇਆ ਮਾਰੋਂ ਉਹ ਕਹਿੰਦਾ ਮੈਨੂੰ ਮਿਲ ਕੇ ਜਾ ਪਾਰਟੀ ਚੱਲ ਰਹੀ ਹੈਗੀ ਮਹਾਂ ਚਾਹੀਏ ਪੀਜ਼ਾ ਲਿਆ ਤਾ ਹਾਏ ਉਹ ਇੱਕ ਤੁਹਾਡੇ ਪੀਜ਼ੇ ਨੇ ਮਾਰ ਲਿਆ ਤੂੰ ਪੀਜ਼ਾ ਉਹ ਕਹਿੰਦੀ ਪੀਜ਼ਾ ਕਿਹਨੂੰ ਦੱਸ ਹੋਰ ਕੀ ਕਰਾਂ ਮੈਂ ਪੀਜ਼ਾ ਲਿਆ ਕੀ ਦਊਂਗਾ ਜੇ ਜਾਊਂਗਾ ਅੱਜ ਪੜੇ ਤੁਸੀਂ ਫਲਾਈ ਫਲਾਈ ਕਰ ਰਹੇ ਨਾਲੇ ਪੀਜ਼ਾ ਪੀਜ਼ਾ ਉਈ ਕਰਤਾ ਉਹ ਗਾਣਾ ਜਿਹਾ ਗਾਉਂਦੀ ਸੀ ਉਹਨੂੰ ਸੁਣ ਕੇ ਮੇਰੇ ਯਾਦ ਆ ਗਿਆ ਅੱਛਾ ਉਹ ਗਾਣਾ ਗਾਉਂਦੀ ਸੀ ਹੋਰ ਉਹਨੇ ਮੈਨੂੰ ਦੱਸਿਆ ਕਹਿੰਦੀ ਨਵਾਂ ਆਇਆ ਕਹਿੰਦੀ ਮਹਾਂ ਚੱਲ ਵਧੀਆ ਗਾਣਾ ਦਾ ਐਂ ਜੇ ਕਰਦੀ ਕਹਿੰਦੀ ਕਰਕੇ ਫਲਾਈ ਆਵਾਂ ਫਲਾਈ ਕਿਹਨੂੰ ਕਹਿੰਦੇ ਨੇ ਵੈਸੇ ਪਤਾ ਨਹੀਂ ਮੈਨੂੰ ਹਾਂ ਤੁਹਾਨੂੰ ਤਾਂ ਜਿਵੇਂ ਕੁਛ ਵੀ ਨਹੀਂ ਪਤਾ ਸਿੱਧੇ ਹੋ ਕੇ ਉੱਧਰ ਨੂੰ ਲੰਘ ਜਾਓ ਮੋਰ ਨੂੰ ਕਹਿੰਦੇ ਨੇ ਫਲਾਈ ਐਂ ਜੇ ਕਰਦੀ ਦੀ ਮਾਂ ਮੋਰ ਹਾਂ ਜਦੋਂ ਮੈਂ ਤੁਹਾਡਾ ਬਣਾਤਾ ਫਿਰ ਤੁਸੀਂ ਆਪੇ ਫਲਾਈ ਕਰੋਗੇ ਉਹੀ ਹੁੰਦਾ ਫਲਾਈ ਮੋਰ ਅੱਛਾ ਚੱਲ ਤਾਂ ਇਹਦਾ ਨਹੀਂ ਹੋਰ ਕੁਛ ਮੰਗਾਉਣਾ ਦੱਸ ਦੇ ਕੁਛ ਮੰਗਾਉਣਾ ਹੈਗਾ ਫਿਰ ਮੈਂ ਲਿਆ ਦੂੰਗਾ ਨਹੀਂ ਬਸ ਉੱਧਰ ਹੀ ਪੀਜ਼ਾ ਚੰਗਾ
ਉਹ ਹੈਗੀ ਆ ਸ਼ੱਕਰਖੰਡ ਚਾਹ ਪੱਤੀ? ਆਹੋ ਹੈਗੀ ਆ। ਮਹਾ ਕਦੇ ਤੇ ਦਵਾਈਆਂ ਦੇਖੀ ਜਾਵੇਂ। ਚੱਲ ਠੀਕ ਹੈ, ਚੰਗਾ ਹੈ, ਓਕੇ ਲਿਆ ਦੂੰਗਾ। ਥੋੜੇ ਪੈਸੇ ਦੇ ਦਿੰਦੀ ਮਤ ਚੱਲ ਚੰਗਾ ਕਿ ਨਹੀਂ ਇੱਥੋਂ? ਚੰਗਾ 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 ਘਰ ਵਾਲਾ ਤੂੰ ਮੇਰਾ ਪਤਾ ਨਹੀਂ ਕੀ ਬਣਿਆ ਫਿਰਦਾ। ਡੀਸੀ ਫਲਾਈ ਆਵਾਂ ਪਤਾ ਨਹੀਂ ਕਿੱਧਰ ਫਲਾਈ ਹੋਇਆ ਫਿਰਦਾ। ਜੀਜਾ ਤਾਂ ਬਾਲਾ ਸਵਾਦ ਸੀ। ਸਵਾਦ ਸੀ ਨਾ, ਸਾਰਾ ਆਪੇ ਖਾ ਗਈ। ਮੈਨੂੰ ਤਾਂ ਪਨੀਰ ਚ ਹੀ ਬਚਿਆ ਸੀਗਾ। ਤੇ ਕੀ ਕਹਿੰਦੇ ਨੇ ਤੁਸੀਂ ਕਿੱਥੇ ਖਾਂਦੇ? ਤੁਸੀਂ ਜਿੰਮ ਲਾਉਣੇ ਹੋ? ਉਹ ਚੱਲ ਐਂ ਦੀ ਮੈਂ ਤੇਰੇ ਨਾਲ ਖਾ ਲੈਂਦੇ, ਊਂ ਤਾਂ ਮੈਂ ਇਹਦੇ ਕਰਕੇ ਨਹੀਂ ਖਾਂਦਾ। ਜਿਹਨੂੰ ਆਦਤ ਪਈ ਗਈ ਨਾ, ਇਹ ਤਾਂ ਰੋਜ਼ ਹੀ ਮੈਂ ਤਾਂ ਰੋਟੀ ਲਾਉਣੀ ਨਹੀਂ ਇਹਨੇ ਤਾਂ। ਤਾਂ ਕਹਿ ਗੁਰੂ ਪੀ ਜੀ ਲਿਆ। ਇੱਕ ਮਿੰਟ ਲੰਘਾ ਤਾ ਲਵਾਂ। ਲੰਘਾ ਲਾ ਲੰਘ ਗਿਆ। ਹੁਣ ਬੋਲੋ। ਹਾਂ ਬਸ ਰੌਲਾ ਨਾ ਪਈ, ਦੱਸੀ ਨਾ ਕਹਿੰਦੇ ਐਂ ਕਹਿ ਦੇ ਉਹਨੂੰ ਕਿ ਜੀ ਵੀ ਦੁਕਾਨ ਬੰਦ ਦੀ ਕਹਿ ਲਿਆਂਦਾ ਨਹੀਂ ਡੱਬਾ ਦੇ ਗਿਆ। ਤਾਂ ਇਹਦੀ ਕੋ ਸਾਹਮਣੇ ਸੜਤਾ ਚੱਕ ਕੇ ਇਹਨੂੰ ਪਰਾਂ ਸਰਦਨ ਦੀ ਲੁਕੋ ਦੀ ਇਹਨੂੰ ਪਰਾਂ ਜਦੋਂ ਨੂੰ ਆਊਗੀ ਹੋ ਨਾ ਬਾਹਰੇ ਸੱਟਾਂ ਕੰਧ ਟਪਾ ਦੀ ਇੱਧਰ ਵੇਖਦੀ ਜਿਰੀ 'ਚ ਕਿਸੇ ਨੂੰ ਕੁਛ ਨਹੀਂ ਪਤਾ ਇਹਨੂੰ ਕਿੱਡਾ ਪਤਾ ਲੱਗਦਾ। ਇਹ ਤਾਂ ਖੇਤਾਂ 'ਚ ਫਿਰੀ ਜਾਂਦੀ ਹੈਗੀ। ਇਹਨੂੰ ਕਹਿੰਦੀ ਰੋਟੀ ਲਾ ਲਾ ਚੰਗਾ। ਐਂ ਨਾ ਕਹਿੰਦੀ ਮੈਨੂੰ ਭੁੱਖ ਨਹੀਂ ਹੈਗੀ, ਫਿਰ ਇਹਨੂੰ ਪਤਾ ਲੱਗ ਜੂ ਚਾਹੇ ਧੱਕੇ ਨਾਲ ਦੋ ਰੋਟੀਆਂ ਦਾ ਸੱਟ ਲਈ। ਮੇਰੇ ਢਿੱਡਾ ਘਟੋਆ, ਮੈਨੂੰ ਨਹੀਂ ਭੁੱਖ ਭੱਖ ਲੱਗਦੀ। ਮੈਂ ਤਾਂ ਹੁਣ ਰੱਜ ਗਿਆ ਉਹਦੀ ਸ਼ਾਮ ਦੀ ਰੋਟੀ ਤੋਂ। ਸਿਆਦਾ ਜਿਵੇਂ ਮਰਜ਼ੀ, ਤਾਂ ਹੀ ਤਾਂ ਤੁਹਾਨੂੰ ਕੋਈ ਚੀਜ਼ ਮੈਂ ਖਵਾਉਂਦਾ ਨਹੀਂ, ਬਾਅਦ ਚੋਂ ਐਂ ਛੱਡ ਦਿੰਦੀ ਹੈਗੀ। ਮੈਂ ਕਿਹਾ ਚੀਚਾ ਚੂਚਾ ਯਾਰਾ ਕਹਿ ਕਰਾਂ ਤੂੰ ਲਿਆਂਦਾ ਨੀ। ਉਹ ਤਾਂ ਹੋ ਗਿਆ ਆਪਣਾ ਦੁਕਾਨ ਬੰਦ ਦੀ। ਮੈਂ ਦੱਸਦੀ ਹਾਂ ਸਾਰੀ ਗੱਲ। ਪੀਜ਼ਾ ਤਾਂ ਲਿਆਂਦਾ ਸੀਗਾ ਉਹ ਨਾ, ਮਤਲਬ ਇੰਨਾ ਕੁ ਸਵਾਦ ਸੀ, ਬਾਕੀ ਅਸੀਂ ਸਾਰਾ ਸਿੜਤਾ ਪੈਣੇ। ਮੱਖੀ ਡਿੱਗੀ ਵਿੱਚੋਂ ਸਿਪਕਲੀ ਜਦੋਂ ਤੂੰ ਆਉਣ ਲੱਗੀ। ਨਹੀਂ ਨਹੀਂ, ਚੂਹੀ ਨੇ ਮੂੰਹ ਲਾਤਾ ਸੀ। ਰੱਖ ਤਾਂ ਇੱਕ ਕਰ ਲਾ, ਕੁਛ ਨੀ ਮਹਾ ਇੱਕ ਗੱਲ ਬੋਲਦਾ। ਜੀਜਾ ਜੀ ਤੁਸੀਂ ਐ ਕਰਿਓ, ਇੱਕ ਪੀਜ਼ਾ ਨਾ ਹੋਰ ਲਿਆ ਦਿਓ, ਭੈਣ ਵੀ ਟੇਸਟ ਕਰ ਲੋਗੇ। ਨਾਲੇ ਉਹ ਚ ਤਾਂ ਆਪਣੇ ਚੂਹੀ ਡਿੱਗ ਪਈ ਸੀ, ਮੂੰਹ ਚੂਹੀ ਉਹਦਾ ਲਾ ਦੀ ਲਾ ਦੀ। ਕੱਲ ਨੂੰ ਪਰਸੋਂ ਨੂੰ ਫੇਰ ਦੇਖਾਂਗੇ, ਫਿਰ ਤਾਂ ਪੀਜੀ ਪੂਰੇ ਹੋਣਗੇ। ਰੋਟੀ ਲਾ ਲਈ ਮੈਂ ਤਾਂ ਚ ਕੀ ਦਿਮਾਗ ਛੋਟਾ ਤੂੰ। ਕਹਿੰਦੀ ਮੇਰੇ ਬੈਗ ਚ ਪਿਆ ਦੀ, ਮੈਂ ਕੱਢ ਕੇ ਸਿੱਟਿਆ, ਮੈਂ ਰਸਤੇ ਲਾਈ ਖਾਦਾ ਦੀ। ਜਿਹੜਾ ਕੰਮ ਕਰਨ ਵਾਲਾ ਉੱਧਰ ਧਿਆਨ ਦੇ ਲਾ, ਕੱਲਿਆ ਚੌਣਾ ਚ ਨਾ ਧਿਆਨ ਦੇ। ਮੈਂ ਜਿਹੜਾ ਕੰਮ ਕਰਨਾ ਸੀ ਨਾ ਮੈਂ ਕਰ ਲਿਆ, ਹੁਣ ਜਿਹੜਾ ਕੰਮ ਤੂੰ ਕਰਨਾ ਉਹ ਤੂੰ ਕਰ। ਮੇਰੀ ਸੁਣ ਲਾ ਗੱਲ, ਅਸਾਂ ਇਹਨਾਂ ਵਾਲਾ ਕੰਮ ਵੀ ਤੈਂ ਕਰਾਉਣਾਗਾ। ਹੋ ਹੈਲੋ, ਦਿਮਾਗ ਤੇਰਾ ਸਹੀ ਆ, ਮੈਂ ਤੈਨੂੰ ਪਹਿਲਾਂ ਵੀ ਕਿਹਾ ਉਹਦੇ ਮੂਹਰੇ ਮੈਂ ਭੋਲੀ ਆ, ਬੋਲ ਬੱਟਾ ਵੀ ਮੈਨੂੰ ਕੁਛ ਅਕਲ ਨਹੀਂ ਹੈਗੀ। ਪੀਜੇ ਵੀ ਨਹੀਂ ਖਵਾਏ ਜਾਂਦੇ। ਅੱਛਾ, ਮੁੱਲ ਲਏਗਾ ਮੇਰੇ ਤੋਂ ਪੀਜਿਆਂ ਦਾ? ਮੇਰੀ ਗੱਲ ਸੁਣ ਲਾ, ਦੋਨਾਂ ਦੇ ਹੋ ਜਾਣਗੇ 5-5 ਕਿੱਲੇ ਖਰਚਾ। ਤੂੰ ਐਂ ਕਰ ਲਾ ਸਾਰੇ ਕਿੱਲੇ ਤੂੰ ਆਪਦੇ ਨਾਲ ਵਾਲਾ, ਜਦੋਂ ਮੇਰਾ ਤੇਰੇ ਨਾਲ ਵਿਆਹ ਹੋ ਗਿਆ ਮੇਰੇ ਤਾਂ ਆਪੇ ਹੀ ਹੋ ਜਾਣੇ ਆ।
ਵੈਸੇ ਤਾਂ ਹੀ ਮੈਂ ਕਹਿਣਾ ਵੀ ਕਾ ਤੂੰ ਨਹੀਂ ਗੱਲ ਦੇ ਵਿੱਚ ਵੜਦੀ, ਤੂੰ ਐਂ ਕਹਦੇ ਵੀ ਮੇਰੇ ਗੱਲ ਨਾ ਸਿਰ ਆਵੇ, ਸਾਰੀ ਤੇਰੇ ਸਿਰ ਆਵੇ। ਲੈ ਤੇ ਫਿਰ ਮੇਰੇ ਸਿਰ ਕਿਉਂ ਆਵੇ ਗੱਲ, ਘਰ ਵਾਲੀ ਤੇਰੀ ਆ, ਵਿਆਹ ਤੂੰ ਕਰਾਇਆ ਤੇ ਸਿਰਦਰਦੀ ਵੀ ਤੇਰੀ ਆ। ਕਹਿਣੀ ਘਰ ਵਾਲੀ ਬਣਨਾ ਬਣੂਗੀ, ਪਹਿਲਾਂ ਜ਼ਮੀਨ ਨਾਲ ਵਾਲਾ ਆਇਆ ਵੱਡਾ। ਹਾਏ ਓਏ ਮੇਰਾ ਕੌਣ ਸਾਥ ਦਊ ਇਸ ਤੇ, ਭੱਜ ਜਾ ਭੱਜ ਜਾ। ਮੈਂ ਤਾਂ ਤੂੰ ਸੋਚਿਆ ਜੀ ਤੂੰ ਲੱਲਰ ਲਾਏਗੀ, ਤੂੰ ਵੀ ਬਸ ਮਾਤਾ ਦਾ ਮਾਲ ਆ। ਮੈਂ ਕਹਿੰਦਾ ਭੱਗ ਜਾ ਪਿੰਡ ਤੂੰ, ਭੱਗ ਜਾ। ਹੋਰ ਛੱਡਤੀ ਨੇ ਛੁਰਲੀ ਲਿਆ ਦੇਖਦੇ ਤੇਰੇ ਮੋਢੇ ਇੱਕੋ ਸਿਹਾਰ ਨੇ ਗੇ। ਉਹ ਕਹਿੰਦੀ ਫਰਕ ਲੱਗਦਾ ਐ ਟੇਢ ਰਹਿੰਦੀ ਆ, ਐ ਟੇਢ ਮੈਨੂੰ ਲੱਗਦਾ ਫਰਕ ਪੈ ਰਿਹਾ ਇਹਦੇ ਵਾਲਾਂ ਚ। ਤੁਸੀਂ ਕਿਹੜਾ ਵਿਆਹ ਕਰਾਉਣਾ ਵਾਲ, ਉਹਦੇ ਚ ਭਾਵੇਂ 10 ਵਾਲ ਹੋਣ। ਉਹ ਦੇਖਦੇ ਫਿਰ ਕੁੜੀ ਦਾ ਕੱਲੂ ਵਿਆਹ ਵੀ ਕਰਨਾ ਵੀ, ਮਹਾਂ ਚੱਲ ਕੋਈ ਫਰਕੂ ਡਾਕਟਰ ਤੋਂ ਹੁਣ ਇਲਾਜ ਕਰਾਇਆ ਜਾਂਦਾ। ਤੁਸੀਂ ਕਰਾਉਂਗੇ ਇਲਾਜ? ਚੱਲ ਦੱਸਿਆ ਜਾਂਦਾ ਤੂੰ ਕੀ ਮਾੜਾ, ਪਹਿਲਾਂ ਸਾਫ਼ ਕਰ ਲਓ ਜਿਹੜਾ ਪੀਜ਼ੇ ਨਾਲ ਲਿਪੜਿਆ ਹੋਇਆ। ਸੌਸ ਹੀ ਲੱਗੀ, ਬ੍ਰੈਡ ਜੇ ਲਿਆਂਦੇ, ਪੀਜ਼ਾ ਨਹੀਂ ਲਿਆਂਦਾ ਹੈਗਾ, ਪੀਜ਼ੇ ਦਾ ਦੁਕਾਨ ਹੀ ਬੰਦ ਦੀ। ਉਹ ਕਹਿੰਦੇ ਨਾ ਅਸੀਂ ਦਈਏ, ਕਹਿੰਦੇ 3 ਪੀਜ਼ੇ ਤੋਂ ਬਿਨਾ, ਹੁਣ 3 ਪੀਜ਼ੇ ਵਾਲੇ ਪੈਸੇ ਨਹੀਂ ਹੈ। ਡੱਬੇ ਦੇ ਉੱਤੇ ਛਪਿਆ ਹੋਇਆ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਕਿ ਪੀਜ਼ਾ ਕਿ ਕੀ ਆ। ਡੱਬਾ ਹੀ ਦੀ ਗੱਲਾਂ ਸਾਲਾ ਉੱਤੇ, ਉਹ ਵੀ ਇਹਨੂੰ ਬਸ ਮਾੜਾ ਜਿਹਾ ਕਹਿ ਜਾਂਦਾ ਮਾਰੇ ਵਿੱਚੋਂ ਹਾਸੀ ਵੀ ਜੀਜੇ ਨੇ ਮਖੌਲ ਕਰਤਾ, ਬ੍ਰੈਡ ਲਿਆ ਦੀ 15 ਰੁਪਏ ਦੇ, ਦੋ ਤੈਨੂੰ ਲਿਆਉਣੇ ਤੈਨੂੰ ਲਿਆ ਦੂੰ, ਬੋਲ ਚਾਰ ਲਿਆ ਕਿਤੇ ਮੈਂ, ਤੂੰ ਕਿਉਂ ਉਹਦੇ ਪਿੱਛੇ ਕਰਦੇ ਕਿਉਂ, ਇੱਕ ਗੜੀ ਖਾਣ ਵੀ ਜੀ ਪਿੱਛੇ ਕਿਉਂ ਆਪਣੇ ਫਰਕ ਪਾਉਣੇ, ਉਹ ਤਾਂ ਖੁਸ਼ ਹੁੰਦੀ ਆ। ਅੱਛਾ ਬ੍ਰੈਡ ਸੀਗੇ ਹੈ ਤੇ ਜਿਹੜਾ ਆਪ ਕਿਹਾ ਸੀ ਕਿ ਪੀਜ਼ਾ ਲੈਂਦਾ ਸੀ ਛਿਪ ਲਈ ਬੈਠ ਗਈ ਉਹਦਾ, ਤੈਨੂੰ ਐਂ ਝੂਠ ਬੋਲਿਆ ਸੀ ਵੀ ਵੀ ਤੂੰ ਲੜੇਂਗੀ ਵੀ ਪੈਸੇ ਖਰਾਬ ਹੋ ਗਏ ਸਿਪਕਲੀ ਡਿੱਗੀ, ਹੁਣ ਨਾ ਉਹਦਾ ਦੋਸਤੀ ਨਾ ਮੇਰਾ ਦੋਸਤੀ। ਇਹ ਬੰਦਾ ਤਾਂ ਨਾ ਦੁਸ਼ਮਣ ਵੈਰੀ ਨੂੰ ਵੀ ਨਾ ਦਵੇ ਰੱਬ, ਚਾਹੇ ਜਾ ਮੈਂ ਤਾਂ ਆਪੇ ਹੀ ਹੱਥ ਜੋੜਦਾ ਇਹ ਜੀ ਤੀਵੀ ਨਾ ਕਿਸੇ ਦੇ ਪੱਲੇ ਪਵੇ ਰੱਬਾ, ਸਹੀ ਗੱਲ ਆ ਬੰਦਾ ਛੜੀ ਚੰਗਾ ਜਿਹੜਾ ਤੈਂ ਲਹੂ ਪੀਰਖਿਆ। ਜਾਓ ਫਿਰ ਨਿਕਲੋ ਮੇਰੇ ਘਰੋਂ, ਮੈਂ ਤਾਂ ਪਾਗਲ ਆ ਜਿਹੜੀ ਤੁਹਾਡੇ ਨਾਲ ਸਾਰੀ ਜ਼ਮੀਨ ਲਵਾਉਣ ਲਈ ਪੇਪਰ ਤਿਆਰ ਕਰਾਈ ਬੈਠੀ ਸੀ। ਅੱਛਾ ਪੇਪਰ ਤਿਆਰ ਕਰਾਉਂਦੀ ਹੈ, ਚੱਲ ਕੋਈ ਨੀ ਫਿਰ ਕਰਾ ਲੈ ਕਰਾ ਦੇਣਾ, ਫਿਰ ਇਹਦਾ ਫਾਇਦੀ ਆ ਸੌਂਕਣੇ ਤਾਂ ਮੈਨੂੰ ਪਤਾ ਮੇਰੀ ਜੀਤਾ ਸਿਆਣੀ ਹੈਗੀ। ਕੋਈ ਗੱਲ ਨੀ, ਐਂ ਨੀ ਕਰ ਦਿੰਦੇ ਖੰਡਾ, ਫਿਰ ਕਿੱਡੀ ਗੱਲ ਪੀਜ਼ੇ ਦਾ ਮੈਂ ਤੇਰੇ ਵਾਸਤੇ 10 ਲਿਆ ਦੂੰਗਾ, ਬੋਲ ਕਹੇ ਖਾਣੇ ਨੇ ਆਪਾਂ ਜੇ ਰੋਟੀ ਨਹੀਂ ਬਣਾਉਂਦੇ ਜੀ ਹਵੇਲੀ ਚੱਲੀਏ, ਬੋਲ ਉਹ ਤਾਂ ਜੋ ਅਕੜੇ ਉਹ ਤਾਂ ਨਾਲੇ ਪੀਜ਼ਾ ਖਰਾਬ ਹੋ ਗਿਆ, ਉਹਨੇ ਕਿਹੜਾ ਖਾਧਾ, ਉਹ ਤਾਂ ਪਨੀਰ ਹੀ ਖਾਧਾ ਉੱਤੋਂ। ਪਨੀਰ ਹੀ ਤਾਂ ਸਾਰਾ ਕੁਛ ਹੁੰਦਾ, ਤੁਸੀਂ ਫਿਰ ਬ੍ਰੈਡ ਖਾਧਾ ਹੁਣ ਉਹਨੇ ਪਨੀਰ। ਓਏ ਪਨੀਰ ਦਾ ਕੀ ਖਾਣਾ ਹੁੰਦਾ, ਉਹ ਤਾਂ ਬੇਕਾਰ ਚੀਜ਼ ਹੁੰਦੀ ਆ, ਉਵੇਂ ਤਾਂ ਅਸਲ ਤਾਂ ਉਹਦੇ ਥੱਲੇ ਹੁੰਦਾ, ਇਹਦਾ ਤੈਨੂੰ ਪਤਾ ਨਹੀਂ, ਤੈਨੂੰ ਮੈਂ ਲਿਆ ਕੇ ਨਹੀਂ ਦਿੱਤਾ ਵੀ ਤੈਨੂੰ ਇਕੱਲਾ ਬਿਨ ਪਨੀਰ ਤੋਂ ਲਿਆ ਕੇ ਦੂੰਗਾ, ਰੋਟੀ ਥੱਲੇ ਹੁੰਦੇ ਨੇ ਜਿਹੜੀ ਉਹਦੇ ਸਾਰੀ ਤਾਕਤ ਤਾਂ ਉਹ 'ਚ ਹੁੰਦੀ ਆ, ਤਾਂ ਖਾਂਦੇ ਨੇ ਲੋਕ ਪੀਜ਼ਾ। ਤਾਕਤ ਨੂੰ ਕੀ ਕੈਲਸ਼ੀਅਮ ਪਾਇਆ ਹੋਇਆ ਇਹਦੇ 'ਚ, ਮੇਨ ਚੀਜ਼ਾਂ ਉਹਦੇ ਵਿੱਚ ਤਾਂ 7-8 ਤਾਂ ਕਰੀਮਾਂ ਪੈਂਦੀਆਂ ਨੇ ਉਹ 'ਚ, ਬੌਲੀ ਹੋਰੀਆਂ ਤੂੰ ਤਾਂ ਪਨੀਰ। ਤੁਸੀਂ ਐਵੇਂ ਕਰੋ ਆਪਣਾ ਬੈਗ ਕਰੋ ਪੈਕ ਤੇ ਨਿਕਲੋ ਮੇਰੇ ਘਰੋਂ, ਬੌਲੀ ਨੂੰ ਮੈਂ ਮੂੰਹ ਨਹੀਂ ਨਿਕਲਦਾ ਹੈਗਾ ਤੇ ਹੋਰ ਫਿਰਦੀ ਹੂੰ ਮੈਂ, ਹਾਂ ਇੰਨਾ ਚੱਕਰ ਮੇਰੀ ਸਾਲੀ ਆ ਮੈਂ ਕਿਵੇਂ ਵਗ ਜੂੰ ਕੀ, ਹਾਂ ਬੰਦੀ ਕਿਹੜੇ ਮਾਰਨਗੇ ਦੇਖ ਲਾ, ਮੈਂ ਤਾਂ ਵਗ ਜਾਣਾ ਯਾਰ, ਹੁਣ ਕਿਉਂ ਡਰ ਲੱਗਦਾ, ਮੈਂ ਤਾਂ ਡਰਦੀ ਆ ਐ ਪਤਾ ਹੀ ਅੱਟਦੀ ਚੜਤ ਲਾ ਕੀ,
ਮੈਂ ਇਹ ਫਿਰ ਬੰਦੇ ਦਾ ਖੌਫ ਖੌਫ ਹੀ ਹੁੰਦਾ ਗਾ, ਹਾਂ ਇਕੱਲੀ ਦੀ ਵੀ ਕਿੱਥੇ ਰਹਿ ਸਕਦੀ ਹੈ ਕਦੇ, ਹੈਂ ਲੈ ਜੀ ਬੈਠੋ ਤੁਸੀਂ ਇੱਥੇ, ਐਂ ਕਰਨਾ ਐਂ ਸੇਵਾ ਜੀ ਕਰਿਆ ਕਰ, ਫੇਰ ਸਵਾਦ ਆਉਂਦਾ। ਮੈਂ ਤੁਹਾਨੂੰ ਇਹ ਕਹਿੰਦੀ ਸੀ ਹਾਂ ਇੱਕ ਗੱਲ ਜੀ ਤੂੰ ਹੋਰ ਕਰਦੀ ਸੀ ਪਿੱਛੇ ਜੀ, ਉਹ ਭੁੱਲ ਗਿਆ ਮੈਂ, ਆਪਾਂ ਗੱਲਾਂ ਉਈ ਲੜੀ ਇਹਨਾਂ ਨੇ, ਆਪਾਂ ਹੀ ਬੋਲੇ ਹਾਂ ਵੀ ਕਾਗਜ਼ ਜੇ ਤਿਆਰ ਕਰਾਉਂਦੀ ਜੀ, ਮੈਂ ਵੀ ਉਹ ਆਇਆ ਵੀ ਮੈਨੂੰ ਕਈ ਨੇ ਟੋਕਤਾ, ਕਹਿੰਦੇ ਵੀ ਤੇਰੇ ਘਰ ਵਾਲੀ ਦੇ ਨਾਮ ਜ਼ਮੀਨ ਆ ਤੇਰੇ ਨਾਮ ਨਹੀਂ ਕਰਾਈ ਹੈਗੀ, ਹਨਾ ਵੀ ਜੇ ਚੱਲ ਹੋ ਜਾਂਦੀ ਚੱਲ ਵੀ ਵਧੀਆ ਦੀ, ਆਪਣੇ ਇੱਕੋ ਤਾਂ ਵੰਡਿਆ ਆਪਣਾ ਕਿਹੜਾ ਕੁਛ ਵੰਡਿਆ। ਤੁਸੀਂ ਕਾਗਜ਼ ਲਓ ਮੈਂ ਸਾਈਨ ਮਾਰਦੀ ਹਾਂ। ਅੱਛਾ ਹੋਰ ਕਾਗਜ਼ ਤਿਆਰ ਕਰਾਉਣੇ ਪੈਣਗੇ? ਹਾਂ ਜਿਹੜੇ ਤੁਸੀਂ ਸਾਂਭ ਕੇ ਆ ਰਹੇ ਸੀ ਅੰਦਰ ਉਹੀ ਤਾਂ ਕਾਗਜ਼ ਨੇ। ਤੈਨੂੰ ਕਿਹਨੇ ਦੱਸਤਾ ਸਾਲਾ ਮੈਂ ਕਾਗਜ਼ ਸਾਂਭਣ ਗਿਆ ਸੀਗਾ, ਤੂੰ ਕਿੱਥੇ ਖੜੀ ਸੀਗੀ? ਮੈਂ ਸੁਣ ਲਿਆ ਸੀਗਾ, ਕੋਈ ਨਹੀਂ ਮੇਰੇ ਹੀ ਹੋ ਤੁਸੀਂ, ਫਿਕਰ ਕਿਸੇ ਹੋਰ ਦੇ ਹੋ, ਲੈ ਆਓ ਕਾਗਜ਼। ਟਾਈਮ ਬਚਾਰ ਮੱਲਾ ਇਹ ਕਰ ਲਿਆ ਮੈਂ ਚੱਕ ਕੇ ਕਾਗਜ਼ ਹੈ ਹੋਰ ਪਰਾਂ ਕਰਕੇ ਸਾਨੂੰ ਆਪਾਂ ਕੰਮ ਨਿਬੜੀ ਹਨਾ, ਹੋਰ ਕੋਈ ਫਾਇਦਾ ਨਹੀਂ ਹੈਗਾ ਕਿ ਤੁਸੀਂ ਮੈਨੂੰ ਘਰੋਂ ਕੱਢ ਦਿਓ। ਤੈਨੂੰ ਕਾਹਦੇ ਵਾਸਤੇ, ਉਹੀ ਤੇਰਾ ਮੋਟਾ ਦਿਮਾਗ, ਮੋਟਾ ਦਿਮਾਗ ਵੇ ਤੇਰੇ ਕੀ ਨੇ ਕੀੜਾ ਭਰਤਾ, ਪਹਿਲਾਂ ਮੈਨੂੰ ਦੱਸ ਤੇਰੀ ਸਾਲੀ ਨੂੰ ਸਹਿ, ਉਹ ਥਾਲੀ ਸੱਚ ਮੇਰਾ ਦਿਮਾਗ ਕੁੱਝ ਮੈਂ ਮੇਰੀ ਸਾਲੀ ਨੂੰ ਵਿੱਚ ਸਹਿਮਤ ਪਾ ਲੈਂਦੇ ਇਸ ਗੱਲ 'ਤੇ। ਮੇਰੀ ਕੀ ਲਈ ਹੋਈ ਸਾਲੀ ਤਾਂ ਮੇਰੀ ਹੋਈ ਹੋਰ ਕੀ ਗੁਆਂਢੀਆਂ ਦੀ, ਵੀ ਉਹਨੂੰ ਵਿੱਚ ਪਾ ਲੈਂਦੇ ਹਾਂ ਆਪਾਂ ਗੱਲ ਦੇ, ਉਹਦੇ ਹੁੰਦੇ ਕਰਦੀ ਸਹਿਣ, ਤੇਰੀ ਤਾਂ ਭੈਣ ਆ ਸੁੱਧ ਕਰ, ਰੋਕੋ ਕੀ ਸੱਪ ਕੱਢੇਗੀ ਤੂੰ। ਆ ਗਈ ਫਿਰ ਹੈ, ਆ ਲਓ ਜੀ 8 ਕਿੱਲੇ। 8 ਕਿੱਲੇ ਹੈ ਕਰਤੇ ਸੈਨ? ਹਾਂਜੀ ਸਾਰੇ ਕਿਤੇ ਕਰਤੇ, ਆ ਦੇਖ ਚੈੱਕ ਕਰ ਲਓ। ਇਹ ਤਾਂ ਤੂੰ ਬਹੁਤ ਸਿਆਣੀ ਹੈਗੀ, ਸਾਰਾ ਕੰਮ ਪਹਿਲਾਂ ਕਰਾ ਕੇ ਰੱਖ ਲਿਆ ਹੈ। ਚੈੱਕ ਕਰ ਲਓ ਸਾਰੇ ਸੈਨ ਕਰਤੇ, ਤੁਹਾਡੇ ਨਾਮ ਆ ਸਾਰੀ ਜ਼ਮੀਨ, ਇੱਥੇ ਨੰਬਰਦਾਰ ਦੀ ਮੋਹਰ ਨਹੀਂ ਲੱਗੀ ਹੋਈ, ਇਹ ਤਾਂ ਗੌਰ ਕਰ ਲੈਂਦੀ ਮੜਾ ਜੀ। ਚੱਲ ਕੋਈ ਗੱਲ ਨਹੀਂ ਮੈਂ ਲਵਾ ਲੂੰਗਾ, ਇੰਨਾ ਕੁ ਤਾਂ ਮੈਂ ਸਭ ਕੁਛ ਕਰ ਲੂੰਗਾ, ਮੇਨ ਤਾਂ ਤੇਰੇ ਸੈਨ 'ਤੇ ਉਹ ਹੋ ਗਏ। ਚੱਲ ਬਾਕੀ ਮੈਂ ਉੱਥੇ ਜਮ੍ਹਾਂ ਕਰਵਾ ਦੂੰਗਾ ਅਤੇ ਫਿਰ ਜ਼ਮੀਨ ਮੇਰੇ ਨਾਂ ਹੋ ਜੂਗੀ ਪਟਵਾਰੀ ਨੂੰ ਕਹਿ ਕੇ, ਹਨਾ। ਚੱਲ ਆ ਤਾਂ ਤੈਂ ਬਹੁਤ ਸੋਹਣਾ ਕੰਮ ਕੀਤਾ ਹਨਾ, ਚੱਲ ਮੇਰੀ ਵੀ ਇਸ ਨਾਲ ਬੰਦੇ ਦੀ ਇੱਜ਼ਤ ਜੀ ਬਣੀ ਰਹਿੰਦੀ ਹੈ ਪਿੰਡ 'ਚ, ਹਨਾ ਨਹੀਂ ਅਗਲਾ ਕਹਿੰਦਾ ਉਹਦੀ ਤੀਵੀਂ ਦੀ ਚੱਲਦੀ ਆ। ਇਹ ਨਾ ਸੋਚੀ ਵੀ ਤੇਰੇ ਨਾਲ ਕੋਈ ਮੈਂ ਗਲਤ ਕਰ ਰਿਹਾ ਜਾਂ ਕੁਛ ਵੀ, ਜ਼ਮੀਨ ਤੇਰੀ ਦੀ ਤੇਰੀ ਹੀ ਰਹੂਗੀ, ਠੀਕ ਆ? ਲੈ ਆਪਣਾ ਵਿਆਹ ਮੇਰਾ, ਇਹ ਤਾਂ ਆਪਣਾ ਕਾਗਜ਼ਾਂ 'ਚ ਮੇਰਾ ਨਾਂ ਆ ਹਨਾ, ਇਹ ਬਸ ਇੱਕ ਲੋਕ ਦਿਖਾਵਾ ਹੁੰਦਾ, ਕੋਈ ਫਰਦ ਕਢਾ ਲਓ ਨਾਲ, ਤੁਹਾਨੂੰ ਪਤਾ ਸਹਿਮਤ ਨਾਲ ਫਰਦ ਨਿਕਲ ਹੁੰਦਾ ਇਕੱਠਾ ਟੱਕਾ, ਅਗਲਾ ਕਹਿੰਦਾ ਉਹਦੇ ਘਰ ਵਾਲੀ ਦਾ ਨਾਂ ਬੋਲਦਾ ਵਿੱਚ। ਚੱਲ ਕੋਈ ਗੱਲ ਨਹੀਂ, ਹੁਣ ਤੂੰ ਐਂ ਦੱਸ ਪੀਜ਼ਾ ਖਾਣਾ ਕਿ ਜੀ ਹਵੇਲੀ ਜਾਣਾ ਕਰਨਾ, ਆਪਾਂ ਐਂ ਕਰਾਂਗੇ। ਮੈਂ ਕਿਤੇ ਨਹੀਂ ਜਾਣਾ, ਤੁਸੀਂ ਬਸ ਆਪਣਾ ਸਾਈਨ ਤਾਂ ਕਰਵਾ ਲਿਓ, ਸਾਈਨ ਜਿਹਦੇ ਕਰਵਾਉਣੀ, ਠੀਕ ਹੈ? ਹਾਂ ਹਾਂ ਸਾਈਨ ਤਾਂ ਮੈਂ ਕਰਵਾ ਦੂੰਗਾ। ਚੱਲ ਠੀਕ ਹੈ ਹਨਾ, ਕੁਛ ਬਣਾ ਕੇ ਖਵਾ ਦੀ ਉਹਨੂੰ, ਕਿਤੇ ਉਹਦੇ ਨਾਲ ਐਵੇਂ ਨਾ ਲੜਿਆ ਕਰੋ, ਤਾਂ ਬਾਲੀ ਭੂਲੀ ਉਹਦਾ ਨਿਆਣ ਮੱਤ ਆਉਂਦੀ, ਐਵੇਂ ਨਾ ਕੁਛ ਚੱਕਰ ਤੇਰੀ ਹੈ, ਚੰਗਾ ਖੁਸ਼ ਰਹਿ। ਮੇਨ ਤਾਂ ਜਿਹੜਾ ਹੈਗਾ ਸੀਗਾ ਉਹ ਕੰਮ ਹੋ ਗਿਆ, ਜੀਤਾ ਕਿੰਨਾ ਕੁ ਚਿਰਾ ਤੂੰ, ਹੁਣ ਦੇਖ ਲਾ ਵੀ ਤੈਨੂੰ ਰਾਜਵੀਰ ਸਾਂਭਦਾ ਕਿ ਨਹੀਂ ਸਾਂਭਦਾ। ਆਪਾਂ ਤਾਂ 8 ਕਿੱਲੇ 'ਤੇ, 8 ਕਿੱਲੇ ਮਿਲ ਗਏ, ਰਹਿ ਗਏ 2 ਕਿੱਲੇ, ਕੋਈ ਗੱਲ ਨਹੀਂ ਉਹ ਤੈਨੂੰ ਦਾਨ ਕੀਤੇ।